ਅੱਜ ਦਾ 5/5/2024 ਦਿਨ ਐਤਵਾਰ ਮਹਾਰਿਸ਼ੀ ਵਾਲਮੀਕ ਮੰਦਰ ਕਮੇਟੀ ਵੱਲੋਂ ਇੱਕ ਸਤਸੰਗ ਸੰਮੇਲਨ ਕਰਾਇਆ ਗਿਆ, ਜਿਸ ਵਿੱਚ ਸਾਡੇ ਇਲਾਕੇ ਦੇ ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਨੇ ਇੱਥੇ ਸ਼ਿਰਕਤ ਕੀਤੀ ਅਤੇ ਭਗਵਾਨ ਵਾਲਮੀਕ ਮਹਾਰਾਜ ਦਾ ਗੁਣਗਾਨ ਜਾਗ੍ਰਿਤੀ ਮੰਚ ਸੰਸਥਾਨ ਮੁਕੇਰੀਆਂ ਅਤੇ ਨੂਰ ਮਹਿਲ ਦੇ ਬ੍ਰਾਂਚ ਨੇ ਮਹਾਰਿਸ਼ੀ ਵਾਲਮੀਕ ਮਹਾਰਾਜ ਦਾ ਭਜਨਾਂ ਦੇ ਨਾਲ ਨਿਹਾਲ ਕੀਤਾ। ਸੰਸਕ੍ਰਿਤ ਦੇ ਮਹਾ ਰਮਾਇਣ ਦੇ ਲੇਖਕ ਭਗਵਾਨ ਸ਼੍ਰੀ ਵਾਲਮੀਕ ਮਹਾਰਾਜ ਦੇ ਸਿੱਖਿਆਵਾਂ 'ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ ਅਤੇ ਮੈਂ ਇਸ ਮੌਕੇ 'ਤੇ ਸਾਡੇ ਇਲਾਕੇ ਦੇ ਆਮ ਆਦਮੀ ਪਾਰਟੀ ਤੋਂ ਪ੍ਰੋਫੈਸਰ ਮੁਲਤਾਨੀ ਜੀ ਅਤੇ ਐਕਸ MLA ਇੰਦੂ ਬਾਲਾ ਜੀ ਅਤੇ ਸਾਰੇ ਹੀ ਧਾਰਮਿਕ ਅਤੇ ਰਾਜਨੀਤਿਕ ਜਿੰਨੇ ਵੀ ਇੱਥੇ ਮੇਰੇ ਪਹੁੰਚੇ ਨੇ, ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ
ਕਿ ਉਹਨਾਂ ਨੇ ਮਹਾਰਿਸ਼ੀ ਵਾਲਮੀਕ ਜੀ ਦੇ ਸੰਤ ਸੰਮੇਲਨ 'ਤੇ ਪਹੁੰਚ ਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜੈ ਵਾਲਮੀਕਿ, ਹਰ ਹਰ ਵਾਲਮੀਕਿ।